ਜ਼ੀ ਮੀਡੀਆ ਤੋਂ ਸਹਿਯੋਗੀ ਨਵਜੋਤ ਸਿੰਘ ਧਾਰੀਵਾਲ ਨੇ ਵੀ ਟੋਕਿਓ ਓਲੰਪਿਕਸ ਦੇ ਲਈ ਕੁਆਲੀਫਾਈ ਕਰ ਚੁੱਕੀ ਪੰਜਾਬ ਦੀ ਇਸ ਪਹਿਲੀ ਮਹਿਲਾ ਬਾਕਸਰ ਦੇ ਨਾਲ ਖਾਸ ਗੱਲਬਾਤ ਕੀਤੀ। ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਦਾ ਪਿੰਡ ਚੱਕਰ, ਜੋ ਕਿ ਮਿੰਨੀ ਕਿਊਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਪਿੰਡ ਨੇ ਇੱਕ ਵਾਰ ਫਿਰ ਤੋਂ ਦੁਨੀਆ ਪੱਧਰ ਦੇ ਉੱਤੇ ਨਾਮ ਚਮਕਾਇਆ ਅਤੇ ਉਹ ਨਾਮ ਇੱਕ ਵਾਰ ਫਿਰ ਤੋਂ ਮੁਲਕ ਦੀ ਪੰਜਾਬ ਦੀ ਧੀ ਸਿਮਰਨਜੀਤ ਕੌਰ ਨੇ ਚਮਕਾਇਆ। ਇੱਕ ਲੌਤੀ ਅਜਿਹੀ ਕੁੜੀ ਬਣੀ ਹੈ ਜਿਸ ਨੇ, ਪੰਜਾਬ ਦੀ ਉਹ ਕੁੜੀ ਹੈ ਜਿਸ ਨੇ ਓਲੰਪਿਕਸ ਦੇ ਲਈ ਟਿਕਟ ਕਟਾ ਲਈ ਹੈ ਔਰ ਟੋਕਿਓ ਓਲੰਪਿਕਸ ਦੇ ਲਈ ਟਿਕਟ ਕਟਾਈ ਹੈ। ਸਾਡੇ ਨਾਲ ਅੱਜ ਗੱਲਬਾਤ ਕਰਨਗੇ ਸਿਮਰਨਜੀਤ ਕੌਰ ਨੇ ਕਿ ਕਿਸ ਤਰੀਕੇ ਦਾ ਸਫ਼ਰ ਰਿਹਾ। ਸਿਮਰਨ, ਜਦੋਂ ਟੋਕਿਓ ਓਲੰਪਿਕਸ ਦਾ ਟਿਕਟ ਮਿਲ ਗਿਆ? ਹਾਂ, ਜਦੋਂ ਅਕੈਡਮੀ 'ਚ ਮੈਂ ਬੋਕਸਿੰਗ ਸਟਾਰਟ ਕਰੀ, ਫਿਰ ਅਜਮੇਰ ਅੰਕਲ ਜੀ ਹੁੰਦੇ ਸੀ, ਉਹ ਮਤਲਬ ਹਮੇਸ਼ਾ ਸਾਨੂੰ ਕਹਿੰਦੇ ਹੁੰਦੇ ਸੀ ਕਿ ਮੇਰੀ ਮਤਲਬ ਸੋਚ ਹੈ ਕਿ ਮੇਰੇ ਪਿੰਡ 'ਚੋਂ ਵੀ ਓਲੰਪਿਕ ਵਿੱਚ ਖੇਡਣ ਬੱਚੇ। ਤਾਂ ਉਦੋਂ ਤੋਂ ਹੀ ਮਤਲਬ ਮਨ 'ਚ ਇੱਦਾਂ ਆਇਆ ਸੀ ਕਿ ਹਾਂ, ਓਲੰਪਿਕ ਖੇਡਣਾ, ਓਲੰਪਿਕ ਦੇ ਵਿੱਚੋਂ ਮੈਡਲ ਜਿੱਤਣਾ। ਤਾਂ ਉਦੋਂ ਤੋਂ ਹੀ ਮਤਲਬ ਪਹਿਲਾਂ ਮੈਂ 64 'ਚ ਖੇਲਦੀ ਸੀ, ਫਿਰ ਓਲੰਪਿਕ ਵੇਟ 60 kg, ਇਸ ਲਈ ਮੈਂ 60 kg ਵਿੱਚ ਆ ਕੇ ਥੋੜ੍ਹਾ ਜਿਹਾ ਟਾਈਮ ਹੋਇਆ 60 kg 'ਚ ਆਏ, ਤਾਂ ਕਾਫੀ ਵੇਟ ਵੀ ਰਿਡਿਊਸ ਕੀਤਾ ਐਂਡ ਸਪੋਰਟ, ਫੈਮਿਲੀ ਫੁੱਲ ਸਪੋਰਟ ਰਿਹਾ, ਪਿੰਡ ਵਾਲਿਆਂ ਦਾ ਸਾਥ ਪੂਰਾ ਰਿਹਾ, ਸਾਰੇ ਲੋਕ ਵਧੀਆ ਸਪੋਰਟ ਕਰਦੇ ਸੀ, ਤਾਂ ਸੋ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਜ ਮੈਂ ਇਸ ਮੁਕਾਮ 'ਤੇ ਪਹੁੰਚ ਪਾਈ ਹਾਂ। ਪਹਿਲਾਂ ਤਾਂ ਨਹੀਂ ਹੋਈ ਹੈ ਸੀਰੀਅਸਲੀ, ਅਤੇ ਹੁਣ ਸ਼ਾਇਦ ਉਮੀਦ ਹੈ ਕਿ ਹੁਣ ਹੈਲਪ ਕਰੇਗੀ ਸਰਕਾਰ, ਤਾਂ ਅੱਗੇ ਉਮੀਦ ਹੈ ਜੀ। ਅੱਜ ਹੀ ਅਸੀਂ ਸਪੋਰਟਸ ਮਿਨਿਸਟਰ ਜੀ ਐਂਡ CM ਜੀ ਨੂੰ ਮਿਲ ਕੇ ਆਏ, ਅਤੇ ਉਹਨਾਂ ਨੇ 5 ਲੱਖ ਦਾ ਰਾਸ਼ੀ ਦਾ ਇਨਾਮ ਐਲਾਨ ਕੀਤਾ, ਨਾਲ ਨਾਲ ਉਹਨਾਂ ਨੇ ਵਾਅਦਾ ਵੀ ਕੀਤਾ ਕਿ ਤੈਨੂੰ ਜੋਬ ਵੀ ਅਸੀਂ ਵਧੀਆ ਦੇਵਾਂਗੇ, ਤਾਂ ਆਪਣੀ ਗੇਮ 'ਤੇ ਧਿਆਨ ਦੇ। ਸੋ ਉਮੀਦ ਹੈ, ਬਿਲਕੁਲ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗੀ, ਚੱਕਰ ਪਿੰਡ ਦਾ ਨਾਲ ਨਾਲ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰੂੰਗੀ। ਪਰ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਸ਼ੁਭੇਚਾਵਾਂ। ਇਨਸ਼ਾਅੱਲਾ ਜੋ ਸੁਪਨੇ ਮਨ ਦੇ ਵਿੱਚ ਨੇ ਉਹ ਜ਼ਰੂਰ ਪੂਰੇ ਹੋਣ, ਅਤੇ ਓਲੰਪਿਕ ਦੇ ਵਿੱਚ ਜਿਹੜਾ ਤੁਸੀਂ ਤਮਗਾ ਲੈ ਕੇ ਆਉਣਾ, ਮੈਂ ਤਾਂ ਕਹੂੰਗਾ ਲੈ ਕੇ ਆਉਂਗੇ ਆਉਂਗੇ, ਅਤੇ ਉਸ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ। ਹੁਣ ਦੇ ਲਈ ਸ਼ੁਕਰੀਆ। ਸੋ ਚੱਕਰ ਪਿੰਡ ਦੀ ਸਿਮਰ ਚੱਕਰ, ਜਿਸ ਨੇ ਸਾਡਾ ਪਹਿਲੀ ਵਾਰ ਜਿਹੜਾ ਹੈ ਐਡਾ ਮਾਣ ਨਾਲ ਸਿਰ ਉੱਚਾ ਕਰਵਾਇਆ ਬਾਕਸਿੰਗ ਦੇ ਵਿੱਚ, ਮੁੱਕੇਬਾਜ਼ੀ ਦੇ ਵਿੱਚ, ਸਰਕਾਰਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਅਸੀਂ ਜਿਸ ਨੌਜਵਾਨੀ ਦੇ ਹਿਜਰਤ ਦੀ, ਪ੍ਰਵਾਸ ਦੀ ਰੋਜ਼ਾਨਾ ਗੱਲ ਕਰਦੇ ਹਾਂ, ਉਸ ਨੂੰ ਰੋਕਣ ਦੀ ਗੱਲ ਕਰਦੇ ਹਾਂ। ਖੇਡਾਂ ਇੱਕ ਬਹੁਤ ਵਧੀਆ ਸਾਧਨ ਨੇ ਨੌਜਵਾਨੀ ਨੂੰ ਨਸ਼ਿਆਂ ਤੋਂ ਵਾਪਸ ਲਿਆਉਣ ਦੇ ਲਈ, ਅਤੇ ਜਿਹੜਾ ਸਾਡਾ ਬੌਧਿਕ ਅਤੇ ਆਰਥਿਕ ਤੌਰ 'ਤੇ ਜੋ ਸਾਡੀ ਕੰਗਾਲੀ ਪੰਜਾਬ ਦੀ ਲੁੱਟ ਹੋ ਰਹੀ ਹੈ, ਉਸ ਨੂੰ ਬਚਾਉਣ ਦੇ ਲਈ। ਕੈਮਰਾਮੈਨ ਅਸ਼ਵਨੀ ਦੇ ਨਾਲ ਨਵਜੋਤ ਸਿੰਘ ਧਾਲੀਵਾਲ, ਜ਼ੀ ਮੀਡੀਆ, ਚੰਡੀਗੜ੍ਹ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਵੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।